ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ, ਆਪਣੇ ਰਾਜੂ ਗੋਟ ਫਾਰਮ ਦੜਬਾ ਪੰਜਾਬ ਚੈਨਲ ਦੇ ਉੱਪਰ ਸਵਾਗਤ ਹੈ। ਅਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ। ਅਤੇ ਤੁਹਾਨੂੰ ਦੱਸ ਦਈਏ ਕਿ ਅਗਲੇ ਮਹੀਨੇ ਦੇ ਵਿੱਚ ਦੂਜੇ ਮਹੀਨੇ ਦੀ 25 ਤਰੀਕ ਨੂੰ ਫੁੱਲਿਆਂ ਵਾਲਾ ਮੇਲਾ ਕਮੇਟੀ ਇਸ ਸਾਲ ਕਰਾਉਂਦੀ ਹੈ। ਅਤੇ ਇਸ ਸਾਲ ਵੀ ਉਹਨਾਂ ਦਾ ਮੇਲਾ ਬਹੁਤ ਹੀ ਧੂਮ ਧਮਾਕੇ ਨਾਲ ਮਨਾਇਆ ਜਾਊਗਾ। ਅਤੇ ਉਹਨਾਂ ਨੇ ਡੇਟ ਰੱਖਤੀ ਅਤੇ 25 ਫਰਵਰੀ ਡੇਟ ਰੱਖੀ ਹੈ। ਅਤੇ ਬਾਕੀ ਗੱਲ ਆਪਾਂ ਰਾਜੂ ਦੜਬਾ ਜੋ ਕਿ ਮੇਰੇ ਭਾਪਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਅਤੇ ਸਾਰੀ ਮੇਲੇ ਦੀ ਸਾਰੀ ਦੱਸਾਂਗੇ ਵੀ ਕਿਵੇਂ ਮੇਲਾ ਹੋਊਗਾ ਅਤੇ ਕੀ ਪ੍ਰਬੰਧ ਮੇਲੇ ਦੇ ਵਿੱਚ ਰੱਖੇ ਹੋਏ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਮੇਲੇ ਬਾਰੇ ਦੱਸੋ ਜੀ, ਪਹਿਲਾਂ ਤਾਂ ਵੀ ਕਿਵੇਂ ਮੇਲਾ ਹੋਊਗਾ? ਪਹਿਲਾਂ ਤਾਂ ਜੀ ਮੈਨੂੰ ਕਿ ਸਾਰੇ ਜਿੰਨੇ ਦੂਰ ਨੇੜੇ ਬੈਠੇ ਨੇ ਮੇਰੇ ਬਾਈ ਪੰਜਾਬੀ, ਪੰਜਾਬ ਦੇ ਵਿੱਚ ਆਪਣੇ ਸਾਰੇ ਜ਼ਿਲ੍ਹੇ ਜਿੰਨੇ ਪੰਜਾਬ ਦੇ ਨੇ ਸਾਰੇ ਜ਼ਿਲ੍ਹਿਆਂ ਨੂੰ ਇਹ ਸਤਿ ਸ਼੍ਰੀ ਅਕਾਲ ਮੇਰੀ, ਅਤੇ ਸਾਰੇ ਜ਼ਿਲ੍ਹਿਆਂ ਨੂੰ ਇਹ ਸੱਦਾ ਦਿੱਤਾ ਜਾਂਦਾ ਮੇਰਾ। ਅਤੇ ਉਦੋਂ ਬਾਅਦ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਪੰਜਾਬੀ ਵੀਰ ਬੈਠੇ ਨੇ, ਜਿਵੇਂ ਕਿ ਨਿਊਜ਼ੀਲੈਂਡ ਪੰਮਾ ਬਾਈ ਬੈਠਾ ਹੈ, ਅਤੇ ਸਾਡਾ ਮੰਗਾ, ਹਾਂ ਮੰਗਾ ਬਾਈ ਨੂਰ ਮਹਿਲ ਵਾਲਾ ਕਿ ਜ਼ਿਲ੍ਹੇ ਜਲੰਧਰ 'ਚੋਂ, ਸਾਰੇ ਬਾਈਆਂ ਨੂੰ ਹੱਥ ਬੰਨ ਕੇ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਵੀ ਜੋ ਕਿ ਆਪਣੇ ਫੁੱਲੇ ਵਾਲ ਕਮੇਟੀ ਹਰ ਸਾਲ ਦੀ ਤਰੀਆਂ ਮੇਲਾ ਕਰਾਉਂਦੀ ਹੈ ਆਏ ਸਾਲ, ਅਤੇ ਉਹਨਾਂ ਵੱਲੋਂ ਅਸੀਂ ਅੱਜ ਵੀਡੀਓ ਚੈਲੰਜ ਕਰਨ ਜਾਂਦੇ ਹਾਂ। ਅਤੇ ਰਾਜੂ ਗੋਟ ਫਾਰਮ ਦੜਬਾ ਪੰਜਾਬ ਸਾਰਿਆਂ ਨੂੰ ਹੱਥ ਬੰਨ ਕੇ ਮੇਰੀ ਬੇਨਤੀ ਹੈ ਵੀ ਧੂਮ ਧਮਾਮ ਦੇ ਨਾਲ ਬਾਈ ਗੁਰਪ੍ਰੀਤ ਜੀ ਮੇਲਾ ਕਰਾ ਰਿਹਾ ਦੂਜਾ ਮਹੀਨਾ 25 ਤਰੀਕ, ਦੂਜੇ ਮਹੀਨੇ 25 ਤਰੀਕ ਦੇ ਵਿੱਚ ਮੇਰਾ ਖੁੱਲ੍ਹਾ ਸੱਦਾ ਜਿੰਨੇ ਬੱਕਰੀ ਪਾਲਣ ਧੰਦਾ ਕਰਦੇ ਨੇ ਕਰੋਸ ਬੀਟਲ ਵਾਲੇ, ਵਧੀਆ ਬੀਟਲ ਬੱਕਰੀਆਂ ਵਾਲੇ ਅਤੇ ਬਰਬਰੀਆਂ ਬੱਕਰੀਆਂ ਵਾਲੇ ਸਭ ਨੂੰ ਮੇਰਾ ਖੁੱਲ੍ਹਾ ਸੱਦਾ ਹੈ ਵੀ ਹੁਣ ਤੁਸੀਂ ਅੱਜ ਆਪਣੇ ਮੇਲੇ ਦੇ ਵਿੱਚ ਪੌਣੇ 2 ਮਹੀਨੇ ਰਹਿ ਗਏ, 1 ਮਹੀਨਾ 25 ਦਿਨ ਰਹਿ ਗਏ ਮੇਰਾ ਖਿਆਲ ਹੈ, ਹਾਂ ਅੱਜ 2 ਤਰੀਕ ਹੋ ਗਈ ਵੀ ਤੁਸੀਂ ਦੱਬ ਦੱਬ ਕੇ ਗਦਾ ਗਦਾ ਆਪੋ ਆਪਦੇ ਡੰਗਰ ਪਸ਼ੂਆਂ ਦੀ ਜਿੰਨੇ ਬੱਕਰੇ ਬੱਕਰੀਆਂ ਦੀ ਦੱਬ ਕੇ ਆਪਦੀ ਸੇਵਾ ਕਰੋ। ਕੱਲ੍ਹ ਨੂੰ ਕੋਈ ਵੀਰ ਐਂ ਨਾ ਕਹਿ ਦੇ ਵੀ ਸਾਨੂੰ ਪਹਿਲਾਂ ਸੱਦਾ ਦਿੱਤਾ ਨਹੀਂ, ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਸਭ ਨੂੰ ਵੀ ਤੁਸੀਂ ਆਪੋ ਆਪਦੇ ਜਾਨਵਰਾਂ ਦੀ ਪੂਰੀ ਸੇਵਾ ਕਰੋ ਅਤੇ ਸੇਵਾ ਕਰਕੇ ਆਪਦੇ ਮੇਲੇ ਦੇ ਵਿੱਚ ਹਾਰ ਸ਼ਿੰਗਾਰ ਲਾ ਕੇ ਪਸ਼ੂਆਂ ਨੂੰ ਮੇਲੇ ਦੇ ਵਿੱਚ ਲਿਆਓ, ਹਾਰਾਂ ਜਿੱਤਾਂ ਕਰਾਈਏ ਆਪਾਂ। ਅਤੇ ਪਹਿਲਵਾਨ ਦਾ ਤਾਂ ਪਤਾ ਉੱਥੇ ਹੀ ਲੱਗਦਾ ਅਖਾੜੇ ਦੇ ਵਿੱਚ ਲਿਕੜ ਕੇ ਵੀ ਕਿਹਦੀ ਮਾਂ ਨੇ ਦੁੱਧ ਚੰਗਾਇਆ ਵੀ ਕਿਹਦੀ ਮਾਂ ਨੇ ਜ਼ਿਆਦਾ ਖੁਰਾਕ ਦਿੱਤੀ ਹੈ, ਘਰੇ ਬੈਠੇ ਤੋਂ ਕੋਈ ਪਤਾ ਨਹੀਂ ਲੱਗਦਾ ਅੰਦਰ ਉਂਜੇ ਖੂੰਜਿਆਂ 'ਚ ਆਪਣਾ ਵੀ ਆਪਾਂ ਡੰਗਰ ਲੁਕੋ ਕੇ ਰੱਖੀਏ, ਬਾਹਰ ਪਤਾ ਲੱਗਦਾ ਲਿਕੜੇ ਤੋਂ ਮੈਦਾਨ ਦੇ ਵਿੱਚ ਵੀ ਕੀ ਕੁਛ ਬਣਦਾ ਵੀ ਬਾਈਆਂ ਨੂੰ ਖੁੱਲ੍ਹਾ ਸੱਦਾ ਵੀ ਤੁਸੀਂ ਬੱਕਰੇ ਬੱਕਰੀਆਂ ਜਿਨ੍ਹਾਂ ਨੇ ਨਿਆਮ ਜੇਤੂ ਵੀਰ ਨੇ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਤੁਸੀਂ ਮੇਲੇ 'ਚ ਆਓ, ਧੂਮਧਾਮ ਦੇ ਨਾਲ ਆਪਾਂ ਮੇਲਾ ਕਰਵਾਈਏ। ਦੂਜਾ ਮਹੀਨਾ 25 ਤਰੀਕ ਬਾਈ ਗੁਰਪ੍ਰੀਤ ਜੀ ਫੁੱਲੇ ਵਾਲਾ ਜੋ ਕਮੇਟੀ ਉਹਨਾਂ ਵੱਲੋਂ ਖੁੱਲ੍ਹਾ ਸੱਦਾ ਦਿੱਤਾ ਗਿਆ ਸਾਰੇ ਪੰਜਾਬ ਨੂੰ। 2 ਦੰਦ 4 ਦੰਦ ਮਤਲਬ ਮੁਕਾਬਲੇ ਕਿਹੜੇ ਕਿਹੜੇ ਉਹਨਾਂ ਦੇ ਵਿੱਚ ਹੋਣੇ ਜੀ, ਉਹ ਦੱਸੋ ਵੀ ਕਿਵੇਂ ਹੋਣਗੇ? ਉਹ ਤਾਂ ਜੀ ਮੇਰਾ ਖਿਆਲ ਬਾਈ ਨੂੰ ਪੁੱਛ ਲਾਂਗੇ ਆਪਾਂ ਵੀ ਕਿਆ ਕਿਆ ਦੰਦ ਨੇ, ਕਿ ਤੁਹਾਨੂੰ ਪਤਾ ਖੀਰੇ ਵੀ ਨੇ ਮੇਰੇ ਹਿਸਾਬ ਨਾਲ, 2 ਦੰਦ ਵੀ ਨੇ ਅਤੇ 4 ਦੰਦ 6 ਦੰਦ 8 ਦੰਦ ਮੁਕਾਬਲੇ ਨੇ। ਹਾਂ 8 ਦੰਦ ਵੀ 6 ਦੰਦ ਵੀ ਖੀਰੇ ਵੀ ਨੇ ਜੀ ਬੱਕਰੀਆਂ ਦੇ। ਹਾਂ ਬੱਕਰੀਆਂ ਬੱਕਰੀਆਂ ਦੇ ਮੁਕਾਬਲੇ ਤਾਂ। ਨਿਆਮ ਵੀ ਮਤਲਬ ਜਿਹੜੇ ਦਿੱਤੇ ਜਾਣਗੇ ਵਧੀਆ ਕੁਆਲਿਟੀ ਦੇ ਹੋਣਗੇ ਨਾ ਵੀ ਮਤਲਬ? ਨਿਆਮ ਤਾਂ ਜੀ ਵਧੀਆ ਤੋਂ ਵਧੀਆ ਹੀ ਦਿੱਤੇ ਜਾਣਗੇ ਉਹਨਾਂ ਨੂੰ, ਵਧੀਆ ਨਿਆਮ ਦਿੱਤੇ ਜਾਣਗੇ। ਐਨ ਕਿਸੇ ਨੂੰ ਡੀਜਰ, ਕਿਸੇ ਨੂੰ ਫਰਿੱਜ, ਕਿਸੇ ਨੂੰ ਪੱਖੇ ਅਤੇ
ਸਾਰੇ ਨਿਯਮ ਦਿੱਤੇ ਜਾਣਗੇ, ਵਧੀਆ ਤੋਂ ਵਧੀਆ ਨਿਯਮ ਦੇਣਗੇ ਜੀ, ਆਏ ਸਾਲੇ ਦਿੰਦੇ ਨੇ। ਇਹ ਤਾਂ ਇੰਨਾ ਕੁ ਸਟੇਪ, ਧੰਨਵਾਦ ਕਰਦਾ ਮੈਂ ਫੂਲੇਵਾਲ ਕਮੇਟੀ ਦਾ, ਜਿਹੜੀ ਸੁੱਚੀ ਕਮੇਟੀ ਆ ਫੂਲੇਵਾਲ, ਇਮਾਨਦਾਰ ਕਮੇਟੀ ਹੈ। ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕਰਿਆ ਨਾ ਮੇਲਾ, ਇਹ ਹੋਇਆ ਕਰਿਆ ਜੀ, ਐਂ ਨਹੀਂ ਕਰਿਆ ਇਹਨਾਂ ਨੇ, ਕਿਸੇ ਨੇ ਨਹੀਂ ਕਰਿਆ। ਪਹਿਲਾਂ ਤਾਂ ਕਰਦੇ ਤੇ ਬਾਦਲ ਕੇ ਆਪਣੇ, ਉਹਨਾਂ ਨੇ ਆਪਦੀ ਸਰਕਾਰ ਦੇ ਵਿੱਚ ਬੜੇ ਬਾਦਲ ਨੇ, ਬੜੇ ਮੇਲੇ ਕਰਾਏ, ਬੜੇ ਨਿਯਮ ਜਿਤਾਏ ਬੱਕਰੀ ਪਾਲਣ ਧੰਦੇ ਨੂੰ, ਬਹੁਤ ਬਹੁਤ ਨਿਯਮ ਦਿੰਦਾ ਰਿਹਾ ਬੁੜਾ ਬਾਦਲ, ਉਹਨੇ ਵਿਚਾਰੇ ਨੇ ਬੜੇ ਨਿਯਮ ਜਿਤਾਏ, ਤੇ ਲੋਕਾਂ ਨੂੰ ਸਭ ਨੂੰ ਇਹ ਗੱਲ ਦਾ ਚਾਨਣ ਕਰਤਾ ਵੀ ਮੇਲੇ ਐਂ ਲੱਗਦੇ ਨੇ, ਐਂ ਘੋੜੀਆਂ ਦੇ, ਐਂ ਕੱਟੀਆਂ ਦੇ, ਐਂ ਮੱਝਾਂ ਦੇ, ਤੇ ਬੱਕਰੀਆਂ ਬੱਕਰਿਆਂ ਨੂੰ ਨਿਯਮ ਬੜੇ ਦਿੰਦਾ ਸੀ। ਉਦੋਂ ਬਾਅਦ ਕਿਸੇ ਸਰਕਾਰ ਨੇ ਸਾਨੂੰ ਇਸ ਕੰਮ ਬਾਰੇ, ਸਾਨੂੰ ਕਿਸੇ ਨੇ ਵੀ ਮੇਲੇ ਬਾਰੇ ਨਹੀਂ ਉਹ ਕਰਿਆ ਵੀ ਤੁਸੀਂ ਮੇਲੇ ਲਵਾਓ। ਮੈਂ ਤਾਂ ਧੰਨਵਾਦ ਕਰਦਾ ਫੂਲੇਵਾਲ ਕਮੇਟੀ, ਠੀਕ ਹੈ ਜੀ, ਜੋ ਗੁਰਪ੍ਰੀਤ ਕਮੇਟੀ ਹੈ ਫੂਲੇਵਾਲ, ਬਾਹਲੀ ਵੱਡੀ ਕਮੇਟੀ ਹੈ, ਚੌਥਾ ਸਾਲ ਹੈ ਨਾ ਮੇਲੇ ਦਾ, ਚੌਥਾ ਪੰਜਵਾਂ ਸਾਲ ਹੋ ਗਿਆ ਜੀ। ਇਹਨਾਂ ਬੰਦਿਆਂ ਨੇ ਸਟੈਪ ਚੱਕਿਆ, ਠੀਕ ਹੈ ਜੀ, ਇਹਨਾਂ ਬੰਦਿਆਂ ਨੇ ਬਾਹਲਾ ਤਕੜਾ ਸਟੈਪ ਚੱਕ ਕੇ ਅੱਜ ਪਾਲੀਆਂ ਨੂੰ ਚਾਨਣ ਕਰਾਤਾ ਵੀ ਕਿਵੇਂ ਬੱਕਰੀਆਂ ਰੱਖੀ ਦੀਆਂ ਨੇ, ਕਿਵੇਂ ਭੇਡਾਂ ਰੱਖੀ ਦੀਆਂ ਨੇ, ਕਿਵੇਂ ਬੱਕਰੀਆਂ ਪਾਲੀ ਦੀਆਂ ਨੇ, ਚੰਗੀ ਤੋਂ ਚੰਗੀ ਕੁਆਲਿਟੀ ਦਾ ਮਤਲਬ ਪਤਾ ਲੱਗਣ ਲੱਗ ਗਿਆ, ਚੰਗੀ ਤੋਂ ਚੰਗੀ ਕੁਆਲਿਟੀ ਦਾ ਪਤਾ ਲੱਗਣ ਲਾਤਾ ਗੁਰਪ੍ਰੀਤ ਫੂਲੇ ਵਾਲੀਏ ਡਾਕਟਰ ਨੇ, ਤੇ ਇਹਨਾਂ ਦੀ ਬਦੌਲਤਾਂ ਤਾਂ ਫਾਰਮ ਖੁੱਲ ਗਏ ਅੱਜ ਪੰਜਾਬ ਦੇ ਵਿੱਚ, ਇਹਨਾਂ ਦਾ ਆਪਾਂ ਧੰਨਵਾਦ ਬਹੁਤ ਵੱਡੇ, ਇਹਨਾਂ ਦੀ ਬਦੌਲਤ ਬਾਲੇ ਵੱਡੇ ਫਾਰਮ ਖੁੱਲ ਗਏ, ਤੇ ਇਹ ਡਾਕਟਰ ਬੱਚਿਆਂ ਦੇ ਵੀ ਨੇ ਜੀ, ਜਵਾਕਾਂ ਦੇ ਵੀ ਨੇ ਡਾਕਟਰ, ਤੇ ਇਹ ਡਾਕਟਰ ਨੇ ਜੋ ਗੁਰਪ੍ਰੀਤ ਜੀ, ਇਹ ਡੰਗਰ ਪਸ਼ੂਆਂ ਦੇ ਵੀ ਡਾਕਟਰ ਨੇ, ਇਹਨਾਂ ਦੀ ਪਿਤਾ ਦੀ ਯਾਦ ਵਿੱਚ ਇਹ ਮੇਲਾ, ਹਾਂ ਉਹ ਆਪਣੇ ਅੰਦਰ ਫੋਟੋ ਲੱਗੀ ਹੋਈ ਹੈ, ਮਲਕੀਤ ਸਿੰਘ ਜੀ ਸਵਰਗਵਾਸੀ, ਮਲਕੀਤ ਸਿੰਘ ਜੀ ਜੋ ਸਵਰਗਵਾਸੀ ਹੋ ਗਏ, ਧਾਲੀਵਾਲ ਸਾਹਿਬ ਉਹਨਾਂ ਦੀ ਯਾਦ ਚ, ਹਾਂ ਧਾਲੀਵਾਲ ਸਾਹਿਬ ਉਹਨਾਂ ਦੀ ਯਾਦ ਦੇ ਵਿੱਚ, ਠੀਕ ਹੈ, ਬਹੁਤ ਆਏ ਸਾਲ ਮੇਲਾ ਕਰਾਇਆ ਜਾਂਦਾ, ਠੀਕ ਹੈ ਜੀ, ਤੇ ਕੰਗ ਗੋਟ ਫਾਰਮ ਵਾਲੇ ਵੀ ਨੇ, ਉਹ ਵੀ ਸਾਡੇ ਇਹਨਾਂ ਦੇ ਨਾਲ ਜੁੜੇ ਹੋਏ ਨੇ ਜੀ, ਕੰਗ ਗੋਟ ਫਾਰਮ ਪਟਿਆਲਾ ਫਾਰਮ ਵਾਲੇ ਜੋ ਬਾਸੀ ਡਾਕਟਰ ਨੇ, ਉਹ ਵੀ ਬਹੁਤ ਤਕੜੀ ਟ੍ਰੇਨਿੰਗ, ਉਹਨਾਂ ਦੀ ਟ੍ਰੇਨਿੰਗ ਬਹੁਤ ਤਕੜੀ ਹੈ, ਬਾਲੇ ਚੰਗੇ ਸੂਝਵਾਨ ਡਾਕਟਰ ਨੇ ਉਹ, ਪਟਿਆਲੇ ਸਰਹੰਦ ਰੋਡ ਤੇ ਉਹਨਾਂ ਦਾ ਫਾਰਮ ਹੈ, ਤੇ ਮੈਨੂੰ ਬੁਲਾਇਆ ਜ਼ਰੂਰ ਹੈ ਉਹਨਾਂ ਨੇ, ਮੈਥੋਂ ਜਾਇਆ ਹੀ ਨਹੀਂ ਗਿਆ, ਕੰਮਾਂ ਚੋਂ ਲਿਕੜੇ ਨਹੀਂ ਆਉਂਦਾ, ਰੋਜ਼ ਮੇਰੀਆਂ ਮੰਡੀਆਂ ਰਹਿੰਦੀਆਂ ਨੇ, ਤੇ ਦੇਖਦੇ ਹਾਂ ਉੱਧਰ ਵੀ ਮੈਂ ਟਾਈਮ ਕੱਢੂੰਗਾ, ਬੰਦਾ ਮੇਰਾ ਬੜਾ ਇੰਤਜ਼ਾਰ ਕਰਦਾ ਵੀ ਬਾਈ ਰਾਜੂ ਜੀ ਤੁਸੀਂ ਇੱਕ ਵਾਰੀ ਤਾਂ ਆਓ, ਜ਼ਰੂਰ ਕੋਈ ਬਾਤ ਨਹੀਂ ਉਹਨਾਂ ਦਾ, ਤੇ ਬਾਸੀ ਡਾਕਟਰ ਲਵੇ ਵੀ ਮੈਂ ਜਾ ਕੇ ਆਊਂਗਾ, ਬਾਕੀ ਲੌਂਗੋਵਾਲ ਵਾਲੇ ਵੀ ਆਪਣੇ ਬਹੁਤ ਪੁਰਾਣੇ, ਜੋ ਲੌਂਗੋਵਾਲ ਕਮੇਟੀ ਹੈ ਉਹ ਵੀ ਚੰਗੀ ਹੈ, ਆਪਣੇ ਵਿਕਰਮਜੀਤ ਜੀ ਤੇ ਆਪਣਾ ਰੰਧਾਵਾ ਆਹ ਮੁੰਡਾ ਜਗਦੀਤ ਡਾਕਟਰ, ਤੇ ਉਹਨਾਂ ਦੇ ਨਾਲ ਕੋਚ ਨੇ ਸਾਡੇ ਇਹ ਤਰਸੇਮ ਸਿੰਘ ਧੂਰੀ ਵਾਲੇ, ਵੀਡੀਓ ਬਣਾਉਂਦੇ ਨੇ ਜੇ, ਕਿਉਂਕਿ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਚੰਗੇ ਨੇ ਵੀ ਬੰਦੇ ਸਾਰੇ। ਉਦੋਂ ਬਾਅਦ ਆਪਣੇ ਬਾਬਾ ਆਹ ਆਪਣਾ ਮੁੱਲਾ ਪਰਾਲਾ ਮਿੱਠੂ, ਹਾਂਜੀ, ਬਹੁਤ ਬਹੁਤ ਨਿਯਮ ਜੇਤੂ ਨੇ ਬੰਦੇ, ਚੰਗੇ ਪਸ਼ੂ ਰੱਖੇ ਨੇ ਉਹਨਾਂ ਦੇ, ਕਿਉਂ ਮੈਂ ਉਹਨਾਂ ਦੇ ਘਰੇ ਵੀ ਜਾ ਕੇ ਆਇਆ, ਚੰਗੇ ਬੰਦੇ ਨੇ ਉਹ, ਤੇ ਉਹਨਾਂ ਨੇ ਵੀ ਵਧੀਆ ਨਿਯਮ ਜੇਤੂ ਬੱਚਾ ਰੱਖਿਆ ਚੈਂਪੀਅਨ, ਤੇ ਉਹ ਵੀ ਆਏ ਸਾਲ ਭਾਗ ਲੈਂਦੇ ਨੇ ਮੇਲਿਆਂ ਦੇ ਵਿੱਚ, ਐਤਕੀ ਵੀ ਸ਼ਾਇਦ ਮੇਰਾ ਖਿਆਲ ਵੀ ਫੂਲੇਵਾਲ ਪਾਉਣ, ਪੰਜਾਬ ਦਾ ਪਾਉਣ ਦੀ ਤਿਆਰੀ ਵੀ ਹੋ ਸਕਦੀ ਹੈ, ਦੇਖਦੇ ਹਾਂ ਕੀ ਬਣਦਾ। ਹੁਣ ਉਹ ਮੰਡੀ ਲਵਾਉਣ ਲੱਗ ਗਏ ਤੇ ਮੰਡੀ ਤੇ ਮੈਂ ਵੀ ਜਾਣਾ, ਤੇ ਬਾਕੀ ਹੁਣ ਦਾ ਵੀਰਾਂ ਨੂੰ ਬੇਨਤੀ ਆ ਵੀ, ਤੇ ਇੱਕ ਆਪਣੇ ਡਾਕਟਰ ਬਲਵਿੰਦਰ ਮਾਨ ਜੀ, ਠੀਕ ਹੈ ਜੀ, ਜਿਹੜਿਆਂ ਨੇ ਕਿ ਮੈਂ ਤਾਂ ਕੁਛ ਵੀ ਚੀਜ਼ ਨਹੀਂ, ਜਿਹੜਿਆਂ ਨੇ ਕਿ ਸਾਰੇ ਪੰਜਾਬ ਨੂੰ ਰਿਜਕ ਰੋਟੀ ਦਿੱਤੀ, ਬਹੁਤ ਤਕੜੀ ਮੰਡੀ, ਸਭ ਤੋਂ ਬਹੁਤ ਤਕੜੀ ਸਾਡੇ, ਮੇਰਾ ਖਿਆਲ ਵੀ ਹਿੰਦੁਸਤਾਨ ਦੀ ਮੰਡੀ, ਜੋ ਤੁੰਗ ਵਾਲੀ ਮੇਲਾ ਲੱਗਦਾ ਵਿੱਚ ਜੰਗਲ ਦੇ ਮੰਗਲ ਲਾਤੇ, ਮੈਂ ਉਸ ਬੰਦੇ ਦੀ ਦੇਣੇ ਨਹੀਂ ਦੇ ਸਕਦਾ,
ਵੀ ਐਡੀ ਕਲਾਕਾਰੀ, ਐਡੇ ਠੰਡੇ ਬੰਦੇ, ਸਮਝਮਾਨ, ਸੂਝਮਾਨ, ਬੜੇ ਸਿਆਣੇ ਡਾਕਟਰ, ਵੀ ਬਹੁਤ ਉਹਨਾਂ ਦੀ ਵੀ ਟੀਮ ਮੈਂ ਤਾਂ ਤਕੜੀਏ ਮੰਨਦਾ। ਇੰਨੀ ਝਾਲ ਝਲਦੇ ਨੇ, ਇੰਨੇ ਖਰਚੇ ਕਰਦੇ ਨੇ, ਟਿੱਬਿਆਂ ਦੇ ਵਿੱਚ ਡੇਰੇ ਲਾਤੇ ਜੱਟ ਨੇ, ਵੀ ਟਿੱਬਿਆਂ ਦੇ ਵਿੱਚ ਉਹਨੇ ਡੇਰੇ, ਹੁਣ ਘੋੜੀਆਂ ਦੇ ਵੀ ਮੈਨੂੰ ਲੱਗਦਾ ਫਾਰਮ ਜਿਹਾ ਖੋਲਤਾ। ਮੈਂ ਜਾਣਾ ਦੇਖਦਾ ਬਹੁਤ ਵਧੀਆ, ਕਿਉਂਕਿ ਇਹੋ ਜਿਹਾ ਉਹਨੇ ਸਟੋਰ ਬਣਾਤਾ ਘੋੜੀਆਂ ਦਾ, ਹਰ ਵੀਰਵਾਰ ਮੰਡੀ ਲਾ ਦਿਆ ਨਾ। ਹਾਂ, ਹਰ ਵੀਰਵਾਰ ਮੰਡੀ, ਜੇ ਮੈਨੂੰ ਕੋਈ ਕੰਮ ਤਾਂ ਹੋ ਜਾਏ ਕੀ ਕਹਿਣਾ, ਤੇ ਹਰ ਵੀਰਵਾਰ ਮੇਰਾ ਤਾਂ ਬੜਾ ਉਹ ਇੱਜ਼ਤ ਕਰਦਾ ਵਿਚਾਰਾ, ਮੈਂ ਕਹਿੰਦਾ ਮਹਾਰਾਜ ਉਹਦੀ ਚੜ੍ਹਦੀ ਕਲਾ ਰੱਖੇ। ਤੇ ਇਹੋ ਜਿਹਾ ਉਹਨੇ ਫਾਰਮ ਬਣਾਇਆ ਜਿੱਥੇ ਕਿ ਐਕਟਰ ਆ ਕੇ ਵੀਡੀਓ ਬਣਾਇਆ ਕਰਨਗੇ, ਫਿਲਮਾਂ ਦੀ ਸ਼ੂਟਿੰਗ ਵੀ ਹੋਇਆ ਕਰੂ। ਮੈਂ ਨੀ ਕਹਿੰਦਾ, ਮੇਰੀ ਸੋਚ ਕਹਿੰਦੀ ਹੈ। ਹਾਂ, ਮੈਂ ਨੀ ਕਹਿੰਦਾ ਪਰ ਮੇਰੀ ਸੋਚ ਕਹਿੰਦੀ ਹੈ, ਡਾਕਟਰ ਬਲਵਿੰਦਰ ਮਾਨ ਜੀ। ਹਾਂ, ਵੀ ਉੱਥੇ ਵੀਡੀਓ ਵੀ ਬਣਿਆ ਕਰੂ, ਫਿਰ ਇਹਦੀ ਫਿਲਮਾਂ ਦੀ ਸ਼ੂਟਿੰਗ ਵੀ ਹੋਇਆ ਕਰੂ ਥੋੜ੍ਹੇ ਜਿਹੇ ਦਿਨਾਂ 'ਚ। ਠੀਕ ਹੈ ਜੀ। ਅਤੇ ਘੋੜੀਆਂ ਦਾ ਫਾਰਮ ਵੀ ਹੈ, ਮੱਝਾਂ ਦਾ ਫਾਰਮ ਵੀ ਹੈ, ਰਾਠੀਆਂ ਗਾਈਆਂ ਸ਼ਾਹੀਵਾਲ ਵੀ ਨੇ ਉੱਥੇ, ਅਤੇ ਬਾਕੀ ਜਾਨਵਰਾਂ ਦਾ ਤਾਂ ਉੱਥੇ ਤੋੜੇ ਹੀ ਨਹੀਂ, ਜਿਹੋ ਜਿਹਾ ਮਰਜ਼ੀ ਜਾਨਵਰ ਦੇਖ ਲਓ ਅੰਦਰ। ਅਤੇ ਬੱਕਰੇ ਬੱਕਰੀਆਂ ਦਾ ਤਾਂ ਉਹ ਨਿਆਮ ਜਾਦੂ, ਪੂਰੇ ਨਿਆਮ ਜੇਤੂ ਫਾਰਮ ਹੈ, ਸਭ ਤੋਂ ਵੱਡਾ ਆਪਣੇ ਪੰਜਾਬ ਦੇ ਵਿੱਚ। ਅਤੇ ਬਾਕੀ ਬਾਈ ਪੰਮਾ ਜੀ ਦੀ ਗੱਲ ਕਰਦਾ ਮੈਂ, ਪੰਮਾ ਬਾਈ ਸੈਦੋਕੀ ਵਾਲਾ, ਬਹੁਤ ਬਹੁਤ ਵਧੀਆ ਬੰਦੇ ਨੇ, ਇਨਸਾਨ ਨੇ, ਉਹਨਾਂ ਦਾ ਫਾਰਮ ਬਹੁਤ ਤਕੜਾ ਹੈ, ਚੰਗੀਆਂ ਕੁਆਲਿਟੀਆਂ ਦੇ ਉਹਨਾਂ ਨੇ ਵੇਚ ਜਾਨਵਰ ਨੇ, ਸੈਦੋ ਵਾਲਾ ਬਾਈ ਫੰਮਾ, ਅਤੇ ਬਾਈ ਮੱਖਣ ਵਾਲਾ ਧੂੜਕੋਟ ਵਾਲਾ ਮੱਖਣ ਬਾਈ, ਹਾਂ ਰਹਿੰਦਾ ਹੈਗਾ, ਉਹ ਵੀ ਬੰਦਾ ਵਧੀਆ। ਅਤੇ ਬਾਕੀ ਉਹ ਭੁੱਲਰ ਡਾਕਟਰ ਜੀ, ਬਹੁਤ ਵਧੀਆ ਸਿਆਣੇ ਬੰਦੇ ਨੇ। ਅਤੇ ਪੁਲਿਸ ਰਾਜਵੀਰ ਪੁਲਿਸੀਆ, ਉਹ ਵੀ ਚੰਗਾ ਬੰਦਾ ਹੈ। ਸਾਰਿਆਂ ਦੇ ਫਾਰਮ ਮੈਂ ਅੱਧਿਆਂ ਕਦੇ ਨਹੀਂ ਵੀ ਨਾਂ ਜਾਣਦਾ, ਚਲੋ ਹਾਥੀ ਦੀਆਂ ਪੈੜਾਂ, ਸਾਰੀਆਂ ਪੈੜਾਂ ਆ ਜਾਂਦੀਆਂ ਨੇ, ਵੀ ਸਾਰਿਆਂ ਦੀ ਨਾਂ ਲਿੱਤੇ ਗਏ, ਸਾਰਿਆਂ ਦਾ ਸਵਾਗਤ ਕਰਦੇ ਹਾਂ। ਹੋਰ ਸੱਦਾ ਦੇ ਦਿਓ, ਫਿਰ ਆਪਾਂ ਵੀਡੀਓ ਕੱਟਾਂਗੇ। ਅਤੇ ਬਾਕੀ ਮੈਂ ਕਰਾ ਰਹੇ ਹਾਂ ਫੂਲੇਆਲ ਕਮੇਟੀ, ਅਤੇ ਆਪਣੇ ਅਸਲਮ ਖਾਨ ਗੁੱਜਰ ਜੀ ਵੀ, ਸਾਰਿਆਂ ਨੂੰ ਵੀ, ਸਾਡੀ ਜਿਹੜਾ ਆਹ ਚੈਨਲ 'ਤੇ ਰਾਜੂ ਅੱਜ ਬੋਲ ਰਿਹਾ, ਇਹ ਰਾਜੂ ਦਾ ਚੈਨਲ ਹੈ ਆਪਦਾ ਖੁਦ ਘਰ ਦਾ, ਰਾਜੂ ਗੋਟ ਫਾਰਮ ਦੜਬਾ ਪੰਜਾਬ। ਫੇਸਬੁੱਕ 'ਤੇ ਵੀ ਹੈ ਅਤੇ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਵੀ ਹੈ, ਇੰਸਟਾਗ੍ਰਾਮ 'ਤੇ ਵੀ ਹੈ, ਅਤੇ ਯੂਟਿਊਬ 'ਤੇ ਵੀ ਹੈ। ਦੇਖ ਰਹੇ ਹੋ ਵੀ ਪਾਕਿਸਤਾਨੀ ਬਾਈਆਂ ਨੂੰ ਮੈਂ ਇਹ ਕਹਿਣਾ, ਵੱਧ ਤੋਂ ਵੱਧ ਮੈਨੂੰ ਸ਼ੇਅਰ ਇਸ 'ਤੇ ਕਰੋ, ਇਹ ਮੇਰਾ ਚੈਨਲ ਹੈ। ਠੀਕ ਹੈ ਜੀ, ਆਪਣਾ ਅਫੀਸ਼ੀਅਲ ਚੈਨਲ ਹੈ, ਅਫੀਸ਼ੀਅਲ ਚੈਨਲ ਰਾਜੂ ਬਾਈ ਦਾ ਇਹ। ਠੀਕ ਹੈ। ਅਤੇ ਬਾਈ ਨੂੰ ਮੈਂ ਇੱਕ ਵਾਰੀ ਹੋਰ ਕਰਦਾ, ਵੀ ਜੋ ਇਮਾਨਦਾਰ ਕਮੇਟੀ ਹੈ ਫੂਲੇਆਲ ਕਮੇਟੀ, ਠੀਕ ਹੈ, ਇਮਾਨਦਾਰ ਕਮੇਟੀ, ਧੀਆਂ ਭੈਣਾਂ ਦੇ ਵਿਆਹਾਂ 'ਚ ਵੀ ਬਹੁਤ ਸਹਾਇਤਾ ਕਰਦੇ ਨੇ ਉਹ ਬੰਦੇ। ਠੀਕ ਹੈ ਜੀ। ਹਰੇਕ ਜੇ ਕੋਈ ਉਹਨਾਂ ਨੂੰ ਸੱਦਾ ਦੇਵੇ ਤਾਂ ਉਹਨਾਂ ਦਾ ਬੰਦਾ ਹਰ ਪਹੁੰਚੂਗਾ, ਵੀ ਬਹੁਤ ਵਧੀਆ ਬੰਦੇ ਨੇ ਉਹ, ਇਮਾਨਦਾਰ ਨੇ, ਗਰੀਬਾਂ ਦੇ ਸਹਾਇਤਾ ਕਰਦੇ ਨੇ। ਅਤੇ ਉਹਨਾਂ ਦਾ ਇੱਕ ਮੈਂ ਸੌਰੀ ਭੁੱਲ ਗਿਆ ਸੀ ਨਾਂ ਲੈਣਾ, ਹਰ ਉਹਨਾਂ ਦੀ ਸੱਜੀ ਬਾਂਹ ਮੋਢੇ ਨਾਲ ਮੋਢਾ ਜੋੜ ਕੇ ਰੱਖਦੇ ਨੇ, ਅਤੇ ਲੌਂਗੋਵਾਲੀਆ ਮੈਂਬਰ, ਲੌਂਗੋਵਾਲੀਆ ਜੋ ਮੈਂਬਰ ਹੈ, ਮੈਂਬਰ ਸਾਹਿਬ, ਉਹ ਵੀ ਬੱਕਰੇ ਬੱਕਰੀਆਂ ਬਹੁਤ ਵਧੀਆ ਰੱਖਦਾ, ਚੰਗੇ ਜਾਨਵਰ ਰੱਖਦਾ। ਮੈਂ ਉਸ ਲੌਂਗੋਵਾਲੀਏ ਮੈਂਬਰ ਦਾ ਵੀ ਧੰਨਵਾਦ ਕਰਦਾ, ਅਤੇ ਬਾਈ ਗੁਰਪ੍ਰੀਤ ਜੀ ਦਾ ਵੀ ਧੰਨਵਾਦ ਕਰਦਾ, ਜੋ ਕਿ ਚੰਗੇ ਇਨਸਾਨ ਨੇ, ਛੋਟੀ ਜਿਹੀ ਉਮਰ ਦੇ ਵਿੱਚ ਉਹਨਾਂ ਨੇ ਕਿੰਨਾ, ਛੋਟੀ ਜਿਹੀ ਉਮਰ ਦੇ ਵਿੱਚ ਲੋਕਾਂ ਨੂੰ ਆਪਦਾ ਨਾਮ ਕਮਾ ਕੇ ਦਿਖਾਇਆ ਲੋਕਾਂ ਨੂੰ, ਵੀ ਬਹੁਤ ਬਹੁਤ ਧੰਨਵਾਦ ਕਰਦਾ। ਬੜਾ ਇਮਾਨਦਾਰ ਬੰਦਾ, ਸੱਚਾ ਸੁੱਚਾ ਬੰਦਾ, ਇੱਕ ਰੁਪਈਆ ਕਿਸੇ ਦਾ ਉਹ ਖਾਂਦਾ ਨਹੀਂ। ਹਾਂ ਜੀ, ਹੁਣ ਆਪਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਾਡੀ ਖੁੱਲ੍ਹਾ ਸੱਦਾ ਵੀ ਵੱਧ ਤੋਂ ਵੱਧ ਮੇਲੇ 'ਤੇ ਪਹੁੰਚੋ, ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਅਤੇ ਫੂਲੇਆਲ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ। ਅੱਜ ਤੋਂ ਮੇਲੇ ਦੀ ਸਟਾਰਟਿੰਗ ਹੋ ਗਈ, ਰਾਜੂ ਗੋਟ ਫਾਰਮ ਦੜਬਾ ਪੰਜਾਬ ਯੂਟਿਊਬ ਚੈਨਲ ਆਪਣਾ, ਅਤੇ ਫੇਸਬੁੱਕ 'ਤੇ ਵੀ ਚੱਲਦਾ, ਇੰਸਟਾਗ੍ਰਾਮ 'ਤੇ ਵੀ ਚੱਲਦਾ, ਇਹ ਬਾਈ ਰਾਜੂ ਦਾ ਚੈਨਲ ਹੈ।
ਦੂਰੋਂ ਨੇੜੋਂ ਸਾਰੇ ਪੰਜਾਬੀਆਂ ਨੂੰ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ, ਰਾਜਸਥਾਨ ਵਾਲਿਆਂ ਨੂੰ ਵੀ ਬੇਨਤੀ ਹੈ, ਸਾਡੇ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਹਰਿਆਣੇ 'ਚੋਂ ਵੀ ਪਸ਼ੂ ਲੈ ਕੇ ਪਹੁੰਚ ਸਕਦੇ ਹੋ, ਰਾਜਸਥਾਨ 'ਚੋਂ ਵੀ ਪਹੁੰਚ ਸਕਦੇ ਹੋ ਜਿਹਨੇ ਮੇਲੇ ਦਾ ਭਾਗ ਲੈਣਾ। ਸਾਡੇ ਜੰਮੂ ਕਸ਼ਮੀਰ ਵਾਲਿਆਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ, ਹਿਮਾਚਲ ਵਾਲਿਆਂ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਵੀ ਜਿੱਥੋਂ ਵੀ ਮਰਜ਼ੀ ਕੋਈ ਪਹਾੜੀ ਇਲਾਕੇ 'ਚੋਂ ਵੀ ਜਿਹਨੇ ਨਿਆਮ ਜਿੱਤਣਾ, ਨਿਆਮ ਜੇਤੂ ਬੰਦਾ ਸਾਡੀ ਫੂਲੇ ਵਾਲ ਮੇਲੇ 'ਤੇ ਆ ਸਕਦਾ। ਫੂਲੇ ਵਾਲ ਕਮੇਟੀ ਦਾ ਖੁੱਲ੍ਹਾ ਸੱਦਾ ਹੈ 25 ਫਰਵਰੀ ਨੂੰ ਜ਼ਰੂਰ ਪਹੁੰਚਿਓ, ਜ਼ਰੂਰ ਪਹੁੰਚੋ। ਸਾਡੇ ਹਿੰਦੁਸਤਾਨੀਆਂ ਨੂੰ ਧੰਨਵਾਦ, ਬੇਨਤੀ ਹੈ, ਹੱਥ ਬੰਨ ਕੇ ਸਤਿ ਸ਼੍ਰੀ ਅਕਾਲ।